رسالت یا رسول اللہ، نعرہ رسالت یا رسول اللہ، نعرہ حیدری حیدری، نعرہ حیدری حیدری، حسینیت زندہ باد، حسینیت زندہ باد، یزیدیت مردہ باد، یزیدیت مردہ باد، دعا جہان دی سینت دشمن تے لعنت، دعائے خالق عالم مومنین دا مومنات دا پاک مقام تے مولا ٹرایا قبول و منظور فرماوے، میری مخدومہ سائن حالیہ سائن اس پاک دربار تہاڈا آونا قبول و منظور فرماوے، جڑی جڑی نیک حاجات لے کے آئے ہو خالق عالم تہاڈیاں نیک حاجات پوریاں فرماوے، بیماراں نوں مولا شفا عطا فرماوے، بے گناہ قیدیاں نوں مولا رہائی عطا فرماوے، جڑے بیمار نے صدقہ جناب سجاد دی بیماری دا میرے مولا نوں شفائے کلی عطا فرماوے، پھر بھی صلوات بھیجو والے محمد دی ذات تے، اللہم صلی علی محمد وآل محمد، اعوذ باللہ اپنے آپ کم
महसूस नहीं करना। ये कोई आम जगह नहीं, ये अपने जहन चो कढ़ दिओ, क्योंकि इत्थे फरिश्ते भी सुनने वास्ते आते हैं। ये जरूरी नहीं जाकर या अलामा साहब बहुत ढेर मजमा होए तो वध पड़े, ये जरूरी नहीं। चंद बंदे खलूस से नीयत नाल बैठे होन, इतना ही मजमा बहुत है। शब्द खलूस से नीयत है। तबीयत है जनाब जी, मैं दुआएं पेश करा। अली वर्गा हो रे अमीर कोई नहीं, माशाल्लाह जी माशाल्लाह, वाह। अली वर्गा कोई नहीं, इस गल विच केड़ा शक। फिर सुनो, अली वर्गा होर अमीर कोई नहीं, इस गल विच केड़ा शक। कसीदा तुहाडे सामने मैं पेश करन लगा। बिस्मिल्लाह बिस्मिल्लाह, क्योंकि रसालत इमाम दा फरमान है, अपनिया मजलसां नूं जीनत बख्शो मेरे बिरा अली इबन अबी तालिब दे फजाइल दे नाल। सो चंद इशार مثل مہتاب گرا رہتا ہوں میں تا गिरा रहता हूँ मैं तारों में, जिस तरह चंद तारे के बीच है उस तरह मैं मिसले महताब गिरा रहना। और तवज्जो फरमानी कि अगली लाइन केड़ी आ रही है कि मिसले महताब गिरा बहुत महंगी दात, एक सोना नींद।
ਸ਼ੇਰ ਤੁਹਾਡੇ ਬੋਝ ਗੁਜ਼ਾਰ ਕਰਨ ਲਗਾ ਇਸ ਕਦਰ ਕੀਮਤੀ ਸੋਨਾ ਹੈ ਅਲੀ ਕਾ ਸੋਨਾ ਇਸ ਕਦਰ ਕੀਮਤੀ ਸੋਨਾ ਹੈ ਅਲੀ ਕਾ ਸੋਨਾ ਇਸ ਕਦਰ ਕੀਮਤੀ ਸੋਨਾ ਹੈ ਅਲੀ ਕਾ ਸੋਨਾ ਖੁਦ ਖੁਦਾ ਵੀ ਨਜ਼ਰ ਆਤਾ ਹੈ ਖਰੀਦਾ ਮੁੱਲਾਂ ਨੂੰ ਬੜੀ ਤਕਲੀਫ਼ ਹੁੰਦੀ ਜਿਸ ਵੇਲੇ ਮੁਹਰਮ ਆਉਂਦਾ ਹੈ ਇਹ ਕਹਿੰਦਾ ਜੀ ਮੁਹਰਮ 'ਚ ਵੀ ਬੜੇ ਨਿਕਾਹ ਹੋਏ ਪਤਾ ਨਹੀਂ ਕਿਆ ਵਜ੍ਹਾ ਹੈ ਵਜ੍ਹਾ ਉਹ ਹੀ ਹੈ ਕਿ ਜਿਹੜਾ 1400 ਸਾਲ ਪਹਿਲੇ ਨਬੀ ਪਾਕ ਦੱਸ ਗਏ ਅਲੀ ਤੈਨੂੰ ਮੰਨਣ ਵਾਲਾ ਹਲਾਲੀ ਹੈ ਅਤੇ ਤੇਰਾ ਨਾਂ ਜਿਹਦੇ ਮੂੰਹ 'ਤੇ ਵੱਟ ਪਾ ਦੇਵੇ ਉਹ ਹਰਾਮੀ ਇਹ ਇਸ ਵਜ੍ਹਾ ਲੋਕ ਫੇਸਬੁੱਕ 'ਤੇ ਮੀਡੀਆ 'ਤੇ ਕਿਬਲਾ ਬੜਾ ਕੁਛ ਇਸ਼ੂ ਜਿਹੜੇ ਨੇ ਉਹ ਛੋੜਦੇ ਨੇ ਮੈਂ ਉਹਨਾਂ ਨੂੰ ਦੱਸ ਰਿਹਾ ਆਓ ਦੱਸਾਂ ਹਮ ਹੈ ਮਸਰੂਫੇ ਅਜ਼ਾਰ ਹਮਸੇ ਉਲਝ ਮਤ ਬੜੀ ਮਸ਼ਹੂਰ ਅਤੇ ਮਰੂਫ ਨਾਤ ਉਹਨਾਂ 'ਤੇ ਕਿ ਖਾਤਾ ਹੈ ਇਹ ਆਲਮ ਸਾਰਾ ਸਦਕਾ ਕਮਲੇ ਸੁਨੀ ਬਰਾ ਨੇ ਲਿਖੀ ਇਹਦੇ 'ਚ ਕੋਈ ਸ਼ੱਕ ਨਹੀਂ ਬਹੁਤ ਅੱਛਾ ਲਿਖਿਆ ਲੇਕਿਨ ਜਿਹੜੀ ਮਲੰਗ ਨੇ ਕਲਮ ਚਾਈ ਉਸਨੇ ਲਿਖਿਆ ਕਿ ਦੇਤਾ ਹੈ ਇਮਰਾਨ ਸਭੀ ਕੋ ਸਦਕਾ ਕਮਲੇ ਵਾਲੇ ਕਾ ਚਰਚਾ ਕਮਲੇ
ਲੋਕਾਂ ਨੂੰ ਨਾ ਪਾਇਆ ਕਿਉਂਕਿ ਨਬੀ ਪਾਕ ਦੀ ਉਲਾਦ ਨਰੀਨਾ ਨਹੀਂ ਹਾਂ। ਇਸ ਵਜ੍ਹਾ ਤੋਂ ਉਹਨਾਂ ਆਖਿਆ ਕਿ ਇਹ ਰਸੂਲ ਤੂੰ ਅਬਤਰ ਹੈ। ਅੱਲਾਹ ਪਾਕ ਨੇ ਉਹਨਾਂ ਨੂੰ ਦੱਸਣ ਵਾਸਤੇ ਸੂਰਾ ਕੋਸਰ ਨਾਜ਼ਿਲ ਕੀਤੀ ਕਿ ਮੇਰਾ ਰਸੂਲ ਮੇਰਾ ਹਬੀਬ ਘਬਰਾ ਨਹੀਂ, ਇਹ ਸਾਰੇ ਅਬਤਰ ਰਹਿਣਗੇ। ਸ਼ੇਰ ਤੁਹਾਡੇ ਕੋਲ ਗੁਜ਼ਾਰ ਕਰਨ ਲੱਗਾ ਕਿਬਲਾ। ਇੱਥੇ ਮੈਂ ਪਹਿਲਾਂ ਦੱਸਿਆ ਫਰਿਸ਼ਤੇ ਵੀ ਬੀਬੀ ਨੂੰ ਪੁਰਸਾ ਦੇਣ ਵਾਸਤੇ ਆਉਂਦੇ। ਮਦੀਨੇ ਦੇ ਲੋਕ ਆਉਂਦੇ ਹਨ, ਸਾਨੂੰ ਉਸ ਵੇਲੇ ਪਤਾ ਚੱਲਦਾ ਹੈ ਕਿ ਮੁਹਰਮ ਦਾ ਚੰਨ ਚੜਿਆ ਹੈ, ਜਿਸ ਵੇਲੇ ਜਾਫਰੇ ਸਾਦਕ ਦੇ ਘਰ 'ਚ ਰੋਵਣ ਦੀ ਆਵਾਜ਼ ਆਉਂਦੀ ਹੈ। ਕਿਬਲਾ ਇਹ ਚੰਨ ਹੋਰ ਤਾਂ ਦੁਨੀਆਂ 'ਤੇ ਭਾਵੇਂ ਕਿਸੇ 'ਤੇ ਔਖਾ ਨਾ ਗੁਜ਼ਰਿਆ ਹੋਵੇ, ਲੇਕਿਨ ਸਹਿਤਾਂ 'ਤੇ ਬਹੁਤ ਔਖਾ ਗੁਜ਼ਰੇ। ਅਬੂ ਅਮਾਰਾ ਇਮਾਮ ਜਾਫਰ ਸਾਦਕ ਅਲੈਹਿ ਸਲਾਮ ਤੋਂ ਰਵਾਇਤ ਕਰਿੰਦਾ ਹੈ ਇਹ ਆਦਿਨ ਦਾਮਾ ਤੋਂ 60 ਵਜੇ ਦਰਜੇ ਹਿੱਸਾ ਦੋਮ ਹੈ। ਸ਼ੇਖ ਸਦੂਕ ਨੇ ਵੀ ਇਸ ਨੂੰ ਨਕਲ ਕੀਤਾ ਹੈ ਮਾਲੀ 'ਚ। ਅਬੂ ਮਾਰਾ ਆਦਾ ਹੈ ਮੈਂ ਮਰਸੀਆ ਪੜ੍ਹਦਾ ਹਾਂ। ਜਨਾਬ ਜਾਫਰ ਸਾਦਕ ਨੇ ਆਖੇ ਅਬੂ ਅਮਾਰਾ ਮੈਨੂੰ ਹੁਸੈਨ ਦੀ ਗੁਰਬਤ ਦੇ ਚੰਦ ਦਾ ਸ਼ੇਰ ਸੁਣਾ। ਕਹਿੰਦਾ ਮੈਂ ਸੁਣਾਏ ਸੈਦ ਰੁਨਾ ਹੈ। ਰੁਕਿਆ ਦੁਬਾਰਾ ਮੌਲਾ ਤੇ ਰੁਕ ਕਿਉਂ ਗਿਆ ਤੂੰ ਸੁਣਾਉਂਦਾ ਰਹੇ। ਅਬੂ ਅਮਾਰਾ ਮੈਂ ਆਂਦਾ ਹੈ ਮੈਂ ਸੁਣਾਉਂਦਾ ਰਿਹਾ ਸੈਦ ਰੋਂਦਾ ਰਿਹਾ ਇਤਨੇ ਤਾਈਂ ਕਿ ਅੰਦਰੋਂ ਮਜ਼ਦੂਰਾਂ ਦੇ ਰੋਵਣ ਦੀ ਆਵਾਜ਼ ਆਉਣ ਲੱਗ ਪਈ। ਜਨਾਬੇ ਇਮਾਮ ਜਾਫਰ ਸਾਦਕ ਫਰਮੈਂਦੇ ਹਮਾਰਾ ਹੁਸੈਨ ਦੀ ਗੁਰਬਤ ਦੇ ਅਸ਼ਾਰ ਲਿਖ ਕੇ ਜਿਹੜਾ ਬੰਦਾ 50 ਬੰਦਿਆਂ ਨੂੰ ਰਵਾਵੇ ਉਸ 'ਤੇ ਜੰਨਤ ਵਾਜਿਬ ਹੋ ਜਾਂਦੀ। ਫਿਰ ਆਖਿਆ ਨੇ 30 ਬੰਦਿਆਂ ਨੂੰ 30 ਬੰਦਿਆਂ ਨੂੰ ਰਵਾਵੇ ਉਹਦੇ 'ਤੇ ਜੰਨਤ ਵਾਜਬ ਹੈ। ਫਿਰ ਆਖਿਆ ਨੇ 10 ਬੰਦਿਆਂ ਨੂੰ ਰਵਾਵੇ ਉਹਦੇ 'ਤੇ ਜੰਨਤ ਵਾਜਬ ਹੈ। ਫਿਰ ਆਖਿਆ ਨੇ ਅਗਰ ਉਹ ਅਸ਼ਾਰ ਲਿਖ ਕੇ ਇਕੱਲਾ ਰੋਵੇ ਤਾਂ ਉਹਦੇ 'ਤੇ ਜੰਨਤ ਵਾਜਬ ਹੈ। ਮੇਰੇ ਮੌਲਾ ਫਰਮਾਉਂਦੇ ਅਗਰ ਉਹਨੂੰ ਰੋਵਣਾ ਨਾ ਨਾ ਆਵੇ, ਰੋਵਣ ਦੀ ਸ਼ਕਲ ਬਣਾਵੇ ਤਾਂ ਵੀ ਉਹਦੇ 'ਤੇ ਜੰਨਤ ਵਾਜਬ ਹੈ। ਅਤੇ ਹਮਾਰਾ ਕੋਈ ਜਾਣਨਾ ਹੈ ਇੱਥੇ ਫਰਿਸ਼ਤੇ ਆ ਕੇ ਰੋ ਰਿਹਾ ਸੀ, ਉਹ ਰੋਂਦੇ ਪਏ ਹਨ। ਇਹ ਜ਼ਿਕਰ ਜੇ ਇਹਦੀ ਅਜ਼ਮਤ ਦਾ ਮਾਲਕ ਹੈ। ਇਹ ਮੈਂ ਇਸ ਵਾਸਤੇ ਦੱਸ ਰਿਹਾ ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਆਉਂਦਾ ਹੈ। ਅਗਰ ਤੁਸੀਂ ਕਿਤਾਬਾਂ ਦਾ ਮੁਤਾਲਿਆ ਕਰੋ, ਜਿਹੜੇ ਜ਼ਾਕਰ ਪੜ੍ਹਦੇ ਨੇ, ਅਲ ਆਲਮ ਪੜ੍ਹਦੇ ਨੇ, ਮੇਰੇ ਮੌਲਾ ਦੀ ਗੁਰਬਤ ਕੁਛ ਵੀ ਨਹੀਂ। ਇਹ ਕਮੀਨਿਆਂ ਬਹੁਤ ਜ਼ੁਲਮ ਕੀਤਾ ਹੈ। ਇਹ ਜਿਹੜਾ ਚੰਨ ਹੈ ਮੇਰੇ ਮੌਲਾ ਨੇ ਸੁਣਦੇ ਰਹਿੰਦੇ ਹੋ 28 ਰਜਬ ਨੂੰ ਵਤਨ ਛੋੜਿਆ, 3 ਸ਼ੁਬਾਨ ਨੂੰ ਮੱਕੇ ਪਹੁੰਚੇ,
ਇਹ ਜਿਹੜਾ ਚੰਨ ਮੇਰੇ ਮੌਲਾ ਨੂੰ ਨਜ਼ਰ ਆਇਆ ਨਾ ਸਫ਼ਰ ਦੇ ਵਿੱਚ ਆਏ ਜਿਹੜੀ ਜਿਹੜੀ ਯਾਦ ਤਸ਼ਰੀਫ ਫਰਮਾਓ ਵੈਣ ਪਿਆ ਪਰਦਾ ਡਿੱਠਾ ਮੌਤ ਦਾ ਚੰਨ ਵਿੱਚ ਸਫ਼ਰਾਂ ਦੇ ਤੇ ਜੇ ਵੇਲੇ ਪਿਓ ਸੁਗਰਾ ਦੇ ਪਰ ਇੰਨਾ ਲੀਲਾ ਕਈ ਵਾਰੀ ਉਹ ਹੱਥ ਚੁੰਮੇ ਸਿਆਉਣ ਦੀ ਰਾਤ ਸਾਰੀ ਉਹ ਲਈ ਲੱਭਦੀ ਬਾ